ਅੱਜਕੱਲ ਮੇਰੇ ਬਾਪੂ ਨੂੰ ਲੋਕ ਕਹਦੇ ਨੇ ਕਿ ਇਹ ਫੇਕ ਹੈ ਮੇਰੇ ਬਾਪੂ ਨੂੰ ਕਹਦੇ ਨੇ ਇਹ ਫੇਕ ਹੈ ਉਹ ਮੈਨੂੰ ਗੱਲ ਪੁੱਛਦਾ ਵੀ ਜਿਹੜੇ ਤੁਸੀਂ ਕਹਿੰਦੇ ਤੁਸੀਂ ਤਾਂ ਆਪ ਫੇਕ ਹੋ ਉਹ ਵੀ ਉਹ ਲੋਕ ਸਨ ਜਿਹੜੇ ਮੇਰੇ ਬਾਪੂ ਦੇ ਦਰਬਾਰ ਤੇ ਆ ਕੇ ਕਹਿੰਦੇ ਸੀ ਬਾਪੂ ਤੁਹਾਡੀ ਕਰਮ ਦੀ ਨਜ਼ਰ ਚਾਹੀਦੀ ਹੈ ਕੰਮ ਕਾਰ ਨਹੀਂ ਹੈਗਾ ਉਹ ਮੇਰੇ ਬਾਪੂ ਨੇ ਆਪਣੇ ਹੱਥ ਤੋਂ ਲਾ ਕੇ ਘੜੀ ਦਿੱਤੀ ਉਹ ਕਹਿੰਦਾ ਜਾ ਓਏ ਉਹ ਤੇਰਾ ਸਮਾਂ ਕਦਾ ਵਧੀਆ ਹੋ ਗਿਆ ਉਹ ਜਿਹੜੇ ਦਰਬਾਰਾਂ ਤੇ ਆਪਾਂ ਜਾਂਦੇ ਆ ਉਹ ਜਿਹੜੇ ਦਰਬਾਰਾਂ ਤੇ ਆਪਾਂ ਜਾਂਦੇ ਆ ਕੀਤੀ ਅੱਜ ਮੈਂ ਦੇਖੋ ਕਿੱਥੇ ਤੱਕ ਕਿਤੇ ਬਿਠਾਇਆ ਹੋਣਾ ਇੱਕ ਵਾਰ ਤਾੜੀ ਜਾ ਮੇਰੇ ਬਾਪੂ ਵਾਸਤੇ ਉਹ ਜਿਹੜੇ ਮੇਰੇ ਬਾਪੂ ਨੂੰ ਕਹਿੰਦੇ ਨੇ ਨਾ ਫੇਕ ਹੈ ਇਹ ਹੈ ਉਲਟ ਬੋਲਦੇ ਨੇ ਉਹ ਕੋਈ ਦਿਨ ਐਸਾ ਆਵੇਗਾ ਉਹ ਮੇਰੇ ਬਾਪੂ ਦੇ ਦਰਬਾਰ ਤੇ ਜਾ ਕੇ ਉਹਦੇ ਕਦਮਾਂ ਵਿੱਚ ਪਏ ਹੋਣਗੇ ਅਗਰ ਨਾ ਪਏ ਹੋਣ ਤੁਹਾਡੀਆਂ ਜੁੱਤੀਆਂ ਹੋਣਗੇ ਮੇਰਾ ਸਿਰ ਹੋਏਗਾ ਇੱਕ ਵਾਰ ਨਾ ਕਰੋ ਜਾਂ ਕਰੋ ਸੰਤ ਸ੍ਰੀ ਜੀ ਦਾ ਮਾਇਆ ਜਿੱਤੇ ਮੇਰਾ ਬਾਪੂ ਮੈਨੂੰ ਭੇਜਦਾ ਹੈ ਨਾ ਜਿੱਥੇ ਬੁਲਾਉਂਦਾ ਮੈਂ ਕੋਈ ਕਵਾਲ ਬਣ ਕੇ ਨਹੀਂ ਜਾਂਦਾ ਮੈਂ ਤਾਂ ਸਿਰਫ ਮੰਗਤਾ ਬਣ ਕੇ ਜਾਂਦਾ।